160 ਇੰਚ ਵੀ ਆ 180 ਆ 80 ਇੰਚ ਵੀ ਦੀ ਮੋਟਰ ਆ ਬਾਈ ਨੂੰ ਪੁੱਛਦਾ ਵੀ ਇੱਕ ਮੋਟਰ ਇੰਨਾ ਪਾਣੀ ਸਿੱਟੀ ਜਾਂਦੀ ਆ ਚੱਕ ਕੇ ਹਾਂਜੀ ਵੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਬੜੀ ਘੈਂਟ ਵਧੀਆ ਚੀਜ਼ ਬਣਾਈ ਵੀ ਆ ਰਾਜਸਥਾਨ ਦੇ ਵਿੱਚ ਆਏ ਨਹਿਰ ਕਹਿੰਦੇ ਆਪਣੇ ਜਿਵੇਂ ਸੂਆ ਕਹਿ ਦਿੰਦੇ ਇੱਥੇ ਆ ਕੇ ਨਹਿਰ ਖਤਮ ਹੋ ਜਾਂਦੀ ਹੈ ਬਿਲਕੁਲ ਅੱਗੇ ਕਿਤੇ ਨਹੀਂ ਜਾਂਦੀ ਗੀ ਆ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਪਾਣੀ ਆ ਰਿਹਾ ਹੈਗਾ ਉਦੋਂ ਬਾਅਦ ਉਹਦੇ ਵਿੱਚ ਜਾਲ ਲਾਏ ਵੀ ਕੋਈ ਚੀਜ਼ ਇੱਧਰ ਨਾ ਆਵੇ ਠੀਕ ਹੈ ਆ ਬਿਲਕੁਲ ਖਤਮ ਹੋ ਗਈ ਇੱਥੇ ਆ ਕੇ ਤੁਸੀਂ ਦੇਖੋ ਆ ਮਤਲਬ ਸਟੋਰੇਜ ਵਾਲਾ ਇੱਕ ਵੱਡਾ ਸਾਰਾ ਡਿੱਗ ਬਣਾਇਆ ਹੋਇਆ ਕਹਿ ਲਈਏ ਇੱਥੇ ਆ ਕੇ ਖਤਮ ਹੋ ਜਾਂਦੀ ਆ ਉਦੋਂ ਬਾਅਦ ਦੇਖੋ ਪਾਣੀ ਚੱਕ ਕੇ ਅੱਗੇ ਇੱਥੋਂ ਪਾਈਪਾਂ ਰਾਹੀਂ ਮੋਟਰਾਂ ਰਾਹੀਂ ਅੱਗੇ ਸਾਹਮਣੇ ਨਹਿਰ ਸਟਾਰਟ ਹੁੰਦੀ ਆ ਕਾਫੀ ਅਤੇ ਅੱਗੇ ਪਾਣੀ ਜਾਂਦਾ ਹੈਗਾ ਆਹ ਤੁਸੀਂ ਦੇਖ ਸਕਦੇ ਹੋ ਤਿੰਨ ਤਾਂ ਵੱਡੀਆਂ ਪਾਈਪਾਂ ਦੋ ਛੋਟੀਆਂ ਲੱਗੀਆਂ ਹੋਈਆਂ ਮੋਟਰਾਂ ਚੱਕਦੀਆਂ ਪਾਣੀ ਵੱਡੀਆਂ ਵੱਡੀਆਂ ਬਹੁਤ ਅਤੇ ਉਹ ਪਾਣੀ ਨੂੰ ਇਹੀ ਸਾਂਭੀ ਜਾਂਦੀਆਂ ਅਤੇ ਉੱਪਰ ਸਿੱਟੀ ਜਾਂਦੀਆਂ ਮਤਲਬ ਉੱਪਰ ਨਹਿਰ ਜਾਂਦੀ ਹੈਗੀ ਸੂਆ ਕਹਿ ਸਕਦੇ ਹਾਂ ਇਹ ਪਾਣੀ ਹੈ ਜਿਹੜਾ ਕਿ ਅੱਗੇ ਪਿੰਡਾਂ 'ਚ ਪੀਣ ਵਾਸਤੇ ਜਾਂਦਾ ਹੈਗਾ ਨਹਿਰ ਵਿੱਚ ਵੀ ਅਤੇ ਤੁਸੀਂ ਦੇਖੋ ਉਹ ਉੱਧਰੋਂ ਸੂਆ ਆ ਰਿਹਾ ਇੱਥੇ ਸਟੋਰ ਆ ਇੱਥੇ ਖਤਮ ਹੋ ਗਿਆ ਅਤੇ ਇੱਥੋਂ ਪਾਣੀ ਚੱਕਿਆ ਇਹਨਾਂ ਨੇ ਅਤੇ ਉਦੋਂ ਪਾਣੀ ਚੱਕ ਕੇ ਇੱਧਰ ਮੋਟਰਾਂ ਲੱਗੀਆਂ ਹੋਈਆਂ ਮੋਟਰਾਂ ਦਾ ਐਂਟਰੀ ਹੈਗੇ ਦੇਖਿਆ ਬਈ ਆਜੋ ਵੀ ਤੁਹਾਨੂੰ ਦਿਖਾਉਣੇ ਆ ਆਹ ਵੇਖੋ ਇੱਧਰ ਮੋਟਰਾਂ ਲੱਗੀਆਂ ਹੋਈਆਂ ਬੜਾ ਵਧੀਆ ਸਿਸਟਮ ਲਾਇਆ ਹੋਇਆ ਚੱਕ ਕੇ ਸਾਈਡ ਦੇ ਪਾਣੀ ਅੱਗੇ ਤੁਹਾਨੂੰ ਦਿਖਾਉਣੇ ਇੱਧਰਲੀ ਸਾਈਡ ਅਤੇ ਆਜੋ ਆਹ ਵੇਖੋ ਵੀ ਮੋਟਰਾਂ ਕਿੱਡੀਆਂ ਕਿੱਡੀਆਂ ਲੱਗੀਆਂ ਹੁਣ ਆਪਣੇ ਥੱਲੇ ਪਾਣੀ ਆ ਪਾਣੀ ਆ ਵੇਖੋ ਤੁਸੀਂ ਮੋਟਰ ਕਿੱਡੀ ਆ ਇਹ ਪਾਣੀ ਚੱਕ ਕੇ ਸਿੱਟਦੀ ਆ ਉੱਧਰ ਲੈ ਕੇ ਜਾ ਕੇ ਦੂਸਰੀ ਸਾਈਡ ਹੁਣ ਇੱਕ ਚੱਲ ਰਹੀ ਆ ਹੈ ਨਾ ਹੁਣ ਇੱਕ ਮੋਟਰ ਚੱਲ ਰਹੀ ਹੈ ਕਿ ਦੋ ਨਹੀਂ ਦੋ ਚੱਲ ਰਹੀ ਹੈ ਖੁੱਲ੍ਹ ਕੇ ਇੱਕ ਚੱਲ ਰਹੀ ਆ ਉਹ ਵੇਖੋ ਤੁਸੀਂ ਮੋਟਰ ਦਾ ਸਾਈਜ਼ ਵੇਖੋ ਪਾਣੀ ਸਿੱਟਦਾ ਪੱਖਾ ਕਿੰਨਾ ਅਤੇ ਪਾਣੀ ਦਾ ਹਿਸਾਬ ਨਾਲ ਮਤਲਬ ਪੈਪ ਬਹੁਤ ਵੱਡੇ ਵੱਡੇ ਆ ਸਿੱਟ ਰਹੇ ਚੱਕ ਕੇ ਅਤੇ ਆਹ ਲੱਗੀ ਵੀ ਹੈ ਇੱਕ ਮੋਟਰ ਆਹ ਲੱਗੀ ਵੀ ਹੈ ਇੱਥੋਂ ਪਾਣੀ ਮੋਟਰ ਨਾਲ ਚੱਕ ਕੇ ਅੱਗੇ ਸਿੱਟਿਆ ਜਾਂਦਾ ਕਹਿੰਦਾ ਵੱਲੋਂ ਆਹ ਵੇਖੋ ਤੁਸੀਂ ਮੋਟਰ अच्छा फिर ऊपर जाएगा मतलब इतना पानी एक मोटर उठा रही है हाँ अच्छा एक उठा रही है कितनी एचपी की है 180 एचपी की मोटर है 180 एचपी दी है इधरों जाता पानी हूँ थोड़ा दिखाने अगे जाके कितने जाके निकलता पानी वेखो ये 180 एचपी की मोटर इन्ना पानी है जो सूए का आता तो चक के वेखो कितने सैट दिए अगे गांह किन्ने किलोमीटर तक जाता है राजस्थान वालों सरकार वालों वेखो कि नीवे थां तो उच्चे थां पानी चक के सिटा दिता आ सामने इथों नहर स्टार्ट होंदी है सूआ मतलब जिथे पानी उच्चा जाना फिर उथे मोटर ने चढ़ाउंदे आ ठीक है लै भी एक मोटर पूरी आ देखी चलियो आ एक मोटर दा पानी चलदा इना हुण तुहानू दिखाउणे आ 180 एचपी वाली मोटर आ पानी कि सिट रही है तां मैं तुहानू दिखाउणा बहुत नीवा थां सीगा आ होगा होगा तो इत्थे 20-25 फुट तां होगा कि ज्यादा होगा इतना 20 फुट मान के उससे तो ज्यादा है उहदे नालों हां वो तो बहुत नीचे लै भी आ गया पानी उत्थों इन्ने सन च नहर ना मोटरां ने सिटता चक के पानी आ चल रही है मोटर दोवां दा पानी आउंदा
ਆ ਦੇਖੋ ਇੱਕ ਮੋਟਰ ਇੰਨਾ ਪਾਣੀ ਚੱਲ ਰਿਹਾ ਸੈਟਰ ਹੀ ਆ ਲਿਆ ਕੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਉੱਥੇ ਆ ਕੇ ਸੂਆ ਖਤਮ ਹੋ ਜਾਂਦਾ ਫਿਰ ਉੱਥੇ ਮੋਟਰ ਲੱਗੀ ਹੈ ਮੋਟਰਾਂ ਹੀ ਚੱਕ ਕੇ ਆ ਪਾਣੀ ਥੱਲੇ ਦੀ ਆਉਂਦਾ ਫਿਰ ਇੱਥੇ ਪਾਣੀ ਆ ਕੇ ਤਾਂ ਸਿੱਟਦੇ ਆ ਫਿਰ ਇਹ 150 ਕਿਲੋਮੀਟਰ ਅੱਗੇ ਤੱਕ ਜਾਂਦਾ ਝੂਮਦਾ ਦੇਖੋ ਵੀ ਨਜ਼ਾਰੇ ਪਾਣੀ ਸਿੱਟਿਆ ਜਾਂਦਾ ਚੱਕ ਕੇ ਅੱਗੇ ਤੱਕ ਆਹ ਇੱਕ ਮੋਟਰ ਦਾ ਪਾਣੀ ਆ ਅਤੇ ਸੂਆ ਭਰਿਆ ਵਗਦਾ ਹੈਗਾ ਪੂਰਾ ਦੇਖੋ ਵੀ ਸਰਕਾਰ ਹੈ ਨਾ ਰਾਜਸਥਾਨ ਦੀ ਸਰਕਾਰ ਵੱਲੋਂ ਇਹ ਬਣਾਇਆ ਗਿਆ ਸਾਹਮਣੇ ਤੋਂ ਆਉਂਦੇ ਆ ਪਾਣੀ ਇੱਕ ਬੰਦ ਪਿਆ ਜੇ ਅਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਅਤੇ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ।